ਬਾਈ ਏਕਮ ਨੂੰ ਵੀ ਆਪਾਂ ਹੁਣ ਗੱਡੀ ਸਿਖਾਉਣ ਲੱਗੇ ਆ, ਅੱਗੇ ਨਹਿਰ ਆ ਬਾਈ, ਪਿੱਛੇ ਖਾਈ ਅੱਗੇ ਨਹਿਰ। ਬੜੇ ਟਾਈਮ ਬਾਅਦ ਬਾਈ ਸਾਈਕਲ ਦੇ ਗੇੜੇ ਕੱਢ ਰਹੇ ਆ। ਕਿਹੜਾ ਕਹਿੰਦਾ ਸੀ ਕਿ ਏਕਮ ਨੂੰ ਗੱਡੀ ਨਹੀਂ ਆਉਣੀ। ਹਾਂ ਵਾਹ ਜੀ ਵਾਹ, ਉਹ ਸਾਹਮਣੇ ਦੇਖ, ਸਾਹਮਣੇ ਦੇਖ, ਸਾਹਮਣੇ ਦੇਖ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਆਪਣੀ ਨਵੀਂ ਵੀਡੀਓ ਦੇ ਵਿੱਚ। ਉਹ ਵੀ ਟਾਈਮ ਹੁੰਦਾ ਸੀ ਜਦੋਂ ਰਫਤਾਰ ਹੋਣੀ ਮੈਨੂੰ ਗੱਡੀ ਸਿਖਾਉਂਦੇ ਸੀਗੇ, ਅੱਜ ਮੈਂ ਏਕਮ ਹੁਣਾਂ ਨੂੰ ਗੱਡੀ ਸਿਖਾਊਂਗਾ। ਅਤੇ ਸ਼ੁਰੂ ਤੋਂ ਲੈ ਕੇ ਵੀਡੀਓ ਨੂੰ ਲਾਸਟ ਤੱਕ ਦੇਖਿਓ, ਠੀਕ ਆ। ਅਤੇ ਆਪਾਂ ਅੱਗੇ ਜਾ ਕੇ ਚੈਲੰਜ ਵੀ ਕਰਨਾ ਬਹੁਤ ਘੈਂਟ, ਅਤੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ। ਜਿਹੜੇ ਜਿਹੜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ। ਹਾਂਜੀ, ਗੱਡੀ ਕਿੱਥੇ ਸਿਖਾਉਣੀ ਆ? ਗੱਡੀ ਆਪਾਂ ਇੱਥੇ ਖੁੱਲ੍ਹੇ ਥਾਂ 'ਤੇ ਦੇਖ ਲੈਂਦੇ ਹਾਂ ਕਿਤੇ। ਇੱਥੇ ਹੀ? ਹਾਂ। ਮੈਂ ਤਾਂ ਤੈਨੂੰ ਐਂ ਪੂਰੇ ਖੁੱਲ੍ਹੇ ਏਰੀਏ 'ਚ ਗੱਡੀ ਸਿਖਾਈ ਹੋਈ ਆ, ਤੂੰ ਫਿਰ ਐਡਾ ਤਗੜਾ ਹੈ ਤੂੰ ਬਸ। ਤੈਨੂੰ ਪਤਾ ਹੀ ਆ ਫਿਰ ਗਲੀਆਂ 'ਚ ਹੀ ਗੱਡੀ ਸਿਖਾ ਦੇਣੀ ਆ। ਉਸਤਾਦ ਵੱਡੇ ਹੋ ਗਏ ਨਾ ਹੁਣ, ਗਲੀਆਂ 'ਚ ਸਿਖਾ ਦੇਣੀ ਆ। ਪਰ ਤੁਸੀਂ ਨਾ ਬਾਈ ਕੋਈ ਵੀ ਇਦਾਂ ਦਾ ਕਦਮ ਚੁੱਕਿਓ, ਵੱਡਾ ਕੋਈ ਨਾਲ ਹੋਵੇ ਤਾਂ ਹੀ, ਠੀਕ ਆ, ਚਲਾਇਓ ਗੱਡੀ। ਗੁੱਡੀ ਆ ਵੱਡੇ ਹੁਣ ਨਾਲ ਨੇ ਇੱਕ ਮੋੜਾ। ਹਾਂ ਹੁਣ ਵੱਡੇ ਨਾਲ ਨੇ, ਹੁਣ ਚਲਾਓ ਗੱਡੀ। ਹਾਂ ਜੀ ਵੀਰੇ, ਪੂਰਾ ਰੈਡੀ ਸਟੈਡੀ ਗੋ। ਬਾਈ ਏਕਮ ਨੂੰ ਵੀ ਆਪਾਂ ਹੁਣ ਗੱਡੀ ਸਿਖਾਉਣ ਲੱਗੇ ਆ, ਮਤਲਬ ਇਹਨੂੰ ਗੇਰਾ ਗੁਰਾਂ ਦਾ ਹਿਸਾਬ ਆ ਜਾਵੇ, ਕਿਵੇਂ ਗੇਅਰ ਪੈਣੇ ਆ, ਕਿਵੇਂ ਰੇਸ ਦੇਣੀ ਆ, ਕਿਵੇਂ ਕੱਚ ਛੱਡਣਾ, ਠੀਕ ਆ। ਵੈਸੇ ਮੈਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ ਕਿਉਂਕਿ ਹਜੇ ਮੈਨੂੰ ਵੀ ਚੰਗੀ ਤਰ੍ਹਾਂ ਆਉਂਦੀ ਨੀਗੀ। ਆਉਂਦੀ ਨਾ ਮੈਨੂੰ ਬਸ, ਠੀਕ ਆ, ਇੱਥੇ ਤੱਕ ਮੈਂ ਹੀ ਲੈ ਕੇ ਆਇਆ ਬਾਈ ਇਹਨਾਂ ਨੂੰ। ਆਹ ਦੇਖੋ ਆਹ ਲੋਕੇਸ਼ਨ 'ਤੇ। ਅਤੇ ਚਲੋ ਬਾਈ ਹੁਣ ਏਕਮ ਨੂੰ ਸਿਖਾਉਂਦੇ ਆਪਾਂ ਕਦੇ, ਠੀਕ ਆ ਏਕਮ? ਚੱਲ ਫਿਰ ਬਹਿ ਜਾ ਸੀਟ 'ਤੇ। ਹਾਂ ਰਫਤਾਰ ਤੂੰ ਬੈਠ ਮੂਹਰੇ, ਨਹੀਂ ਪਿੱਛੋਂ ਦੀ ਸੋਹਣੀ ਬਣਦੀ ਆ ਵੀਡੀਓ, ਪਿੱਛੋਂ ਦੀ ਵੀਡੀਓ ਸੋਹਣੀ ਬਣਦੀ ਆ, ਦੇਖ ਲਾ। ਨਹੀਂ ਤੂੰ ਬੈਠ ਮੂਹਰੇ, ਤੂੰ ਸਿਖਾ। ਚਲੋ ਬਾਈ ਜਿਵੇਂ ਜਿਵੇਂ ਰਫਤਾਰ ਕਹੂਗਾ ਉਵੇਂ ਉਵੇਂ ਕਰੀ, ਠੀਕ ਆ। ਤੁਸੀਂ ਸੋਚ ਦੋ ਸਿਖਾਉਣੀ ਤਾਂ ਤੂੰ ਸੀਗੀ, ਆਪ ਬਹਿ ਗਿਆ ਪਿਛਲੀ ਸੀਟ ਕਲੱਚ ਨੱਪ ਕੇ ਗੇਅਰ ਪਾ ਦੇ ਪਹਿਲਾਂ, ਅੱਗੇ ਹੌਲੀ ਹੌਲੀ ਕਲੱਚ ਛੱਡਣਾ ਵਾ, ਕਦੇ ਰਹਿਣ ਦੀ ਹਜੇ ਤੈਨੂੰ। ਵਾਹ ਜੀ ਵਾਹ ਬਾਈ, ਏਕਮ ਚਲਾ ਰਿਹਾ ਗੱਡੀ ਜਮਾ ਸਹੀ। ਬਸ ਏਦਾਂ ਹੀ, ਬਸ ਏਦਾਂ ਹੀ ਲੈ ਚੱਲ ਹੁਣ ਅੱਗੇ, ਕੁਛ ਕਰਨ ਦੀ ਲੋੜ ਨੀ। ਕਲੱਚ ਦੱਬ ਕੇ ਰਹਿਣ ਰਹਿਣ, ਇੰਨਾ ਹੀ ਬਹੁਤ ਆ ਕੇ ਨਹੀਂ? ਹਾਂ ਠੀਕ ਆ, ਬੈਕ ਵੀ ਪਵਾ ਦੀਆਂ ਗੇਅਰ। ਹਲੇ ਹਲੇ ਰੋਕ ਫਿਰ ਇੱਥੇ, ਬ੍ਰੇਕ ਲਾ ਦੇ, ਬ੍ਰੇਕ ਲਾਣਾ, ਬ੍ਰੇਕ ਲਾ ਦੇ ਬਸ, ਵਿਚਾਲੇ ਵਾਲੀ ਕਲੱਚ ਨੱਪ ਲਿਆ, ਬੈਕ ਗੇਅਰ ਪੈ ਗਿਆ ਹੁਣ ਛੱਡ ਦੇ ਮਾੜਾ ਕਲੱਚ, ਕਲੱਚ ਨੱਪ 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 ਕਲੱਚ ਨੱਪ, ਹੱਥ ਫੜਾ ਬੈਕ ਗੇਅਰ ਪਾ, ਕਲੱਚ ਹੌਲੀ ਹੌਲੀ ਛੱਡੀ ਚੰਗਾ, ਹੌਲੀ ਹੌਲੀ ਛੱਡਦੇ ਵਾਸ ਆਈ, ਜਾਣਦੇ ਇੰਨੀ ਸਪੀਡ ਤੇ ਜਾਣਦੇ ਜਾਣਦੇ ਲੈ ਕੇ ਜਾਣਦੇ ਗੱਡੀ, ਲੈ ਸਾਈਕਲ ਗਿਆ ਤੂੰ ਬਸ, ਜਾਣਦੇ 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 ਬਸ 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 ਜਾਣਦੇ ਜਾਣਦੇ ਕੋਈ ਨਾ, ਕਲੱਚ ਨੱਪ ਕਲੱਚ ਨੱਪ, ਜਾਣਦੇ ਜਾਣਦੇ ਕੋਈ ਚੱਕਰ ਨੀ ਬਸ, ਤੇਰਾ ਝਾਕਾ ਖਲਵਾਉਣਾ ਸੀ ਬਸ, ਇਹਦਾ ਹੁਣ ਝਾਕਾ ਖੁੱਲ ਗਿਆ ਤੇਰਾ ਪੂਰਾ, ਉਤਰ ਜਾ ਹੁਣ ਬਸ, ਆ ਜਾ ਥੱਲੇ ਪਹਿਲਾਂ ਹੋਰ ਪਾਲਾ ਅੱਗੇ ਤੱਕ ਲੈ ਜਾਂਦੇ ਉੱਥੇ ਉੱਥੇ ਤਾਂ, ਹਾਂ ਚੱਲ ਠੀਕ ਆ, ਅੱਗੇ ਹੋਰ ਉੱਥੇ ਤੱਕ ਲੈ ਚੱਲ ਫੇਰ ਦੁਬਾਰਾ, ਪਹਿਲਾਂ ਗਿਆ ਪਾ ਛੱਡ ਹੌਲੀ ਹੌਲੀ, ਮੈਂ ਹੱਥ ਨਹੀਂ ਲਾਉਣਾ ਨਾ ਸਟੀਅਰਿੰਗ ਤੇ, ਨਾ ਤੈਨੂੰ ਦੱਸਣਾ ਵਾ, ਠੀਕ ਆ ਆਪੇ ਲੈ ਜਾ ਬਸ ਹੌਲੀ ਹੌਲੀ, ਬਾ ਜਿੱਥੇ ਬ੍ਰੇਕ ਲਾਉਣੀ ਉੱਥੇ ਜਾ ਕੇ ਆਪੇ ਲਾ ਦੀ, ਆਪੇ ਬ੍ਰੇਕ ਲਾ ਦੇਣੀ ਆ, ਵਾਹ ਜੀ ਵਾਹ।
ਪੂਰਾ ਤਗੜਾ ਡਰਾਈਵਰ ਬਣ ਗਿਆ ਆ ਗਈ ਗੱਡੀ ਤਾਂ ਆਏਗਾ ਉਹਨੂੰ ਆਏਗਾ ਹੋਰ ਕੀ ਰਹਿ ਗਿਆ ਇੱਥੇ ਲੈ ਸਿੱਧੀ ਲੈ ਚੱਲ ਕੋਈ ਨਾ ਜਿੱਥੇ ਤੱਕ ਲਿਜਾ ਸਕਦਾ ਲੈ ਵਾਹ ਜੀ ਵਾਹ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਵਾਹ ਜੀ ਵਾਹ ਕਿਹੜਾ ਕਹਿੰਦਾ ਸੀ ਕਿ ਏਕਮ ਨੂੰ ਗੱਡੀ ਨਹੀਂ ਆਉਣੀ ਹਾਂ ਵਾਹ ਜੀ ਵਾਹ ਉਹ ਦੇਖੀ ਐਕਟਿਵਾ ਆਉਂਦੀ ਆਪੇ ਸਾਈਡ ਲਾਊ ਦੇਖੀਏ ਤੂੰ ਬਸ ਤੂੰ ਸਿੱਧਾ ਚੱਲ ਬਸ ਸਿੱਧਾ ਇੱਥੇ ਚੱਲ ਆਪੇ ਸਾਈਡ ਤੋਂ ਹੀ ਲੰਘੇ ਆ ਰਹੀਆਂ ਵਾਹ ਜੀ ਵਾਹ ਆਏ ਏਕਮ ਨੇ ਸਾਈਡ ਵੀ ਦੇਤੀ ਸਕੂਟਰੇ ਨੂੰ ਹੈ ਏਕਮ ਓਏ ਬਸ ਇੱਥੇ ਲਾ ਲਾ ਸਾਈਡ ਤੇ ਕਮਾਲ ਹੀ ਹੋ ਗਈ ਬਾਈ ਅਮਨ ਨੂੰ ਚਲਾ ਲੈਂਦੇ ਇੱਥੇ ਇੱਧਰ ਨੂੰ ਮੇਰੇ ਵਾਲੀ ਸਾਈਡ ਇਹਨੂੰ ਮੋੜ ਦੂੰਗਾ ਹਨਾ ਨਹੀਂ ਨਹੀਂ ਮੋੜਨੀ ਨਹੀਂ ਬਾਈ ਇੱਥੇ ਖੜਾ ਦੇ ਬਾ ਖੜਾ ਦੇ ਹਾਂ ਇੱਥੇ ਬਾਸ ਇੱਥੇ ਰੁਕ ਦੇ ਕਲੱਚ ਨਾ ਪਲਾ ਬਾਸ ਬ੍ਰੇਕ ਲਾ ਕਲੱਚ ਨਾ ਪਲਾ ਬਾਸ ਠੀਕ ਹੈ ਚਲ ਆ ਜਾ ਬਾਹਰ ਉਧਰ ਦੀ ਕਲੱਚ ਉਧਰ ਦੀ ਆ ਗਈ ਬਾਈ ਇਹ ਕੰਮ ਨੂੰ ਉਹ ਦੇਖੀ ਮੜਾ ਜਾ ਹੈਂਡ ਬ੍ਰੇਕ ਚੱਕ ਦੇ ਸਿੱਖ ਗਿਆ ਬਾਈ ਇਹ ਕੰਮ ਗੱਡੀ ਬਸ ਝਾਕਾ ਖਲਵਾਉਣਾ ਸੀਗਾ ਥੋੜਾ ਜਿਹਾ ਬਸ ਉਹ ਹੁਣ ਝਾਕਾ ਇਹਦਾ ਖੁੱਲ ਗਿਆ ਹੁਣ ਦੋ ਕੁ ਦਿਨਾਂ ਬਾਅਦ ਫਿਰ ਆਵਾਂਗੇ ਝਾਕਾ ਜਿਹਾ ਖਲਵਾਉਣ ਇਹਦਾ ਇੱਦਾਂ ਫਿਰ ਹੌਲੀ ਹੌਲੀ ਇਹਨੂੰ ਆ ਜੂਗੀ ਹੈ ਨਾ ਚਲੋ ਬਾਕੀ ਸੜਕ ਤਾਂ ਨਹੀਂ ਆਪਾਂ ਚਲਾਉਂਦੇ ਨਹੀਂ ਜਦੋਂ ਤੱਕ 18 ਸਾਲ ਦਾ ਨਹੀਂ ਹੁੰਦਾ ਚਲੋ ਜੀ ਇਹ ਵੀ ਗੱਲ ਕਹਿਣੀ ਜ਼ਰੂਰੀ ਸੀ ਹਾਂਜੀ ਉਹਨਾਂ ਬੜਾ ਰੈਗੂਲੇਸ਼ਨ ਦਾ ਧਿਆਨ ਰੱਖਣਾ ਬਾਈ ਚੰਗਰਾਓ ਜੀ ਬਸ ਜ਼ਰੂਰੀ ਹੈ ਇਹ ਵੀ ਚੀਜ਼ਾਂ ਕਹਿਣੀਆਂ ਕਿਉਂਕਿ ਬੱਚੇ ਵਗੈਰਾ ਸਾਰੇ ਆਪਣੀ ਵੀਡੀਓ ਦੇਖਦੇ ਹੈ ਨਾ ਤਾਂ ਦੱਸਣੀ ਜ਼ਰੂਰੀ ਆ ਚੀਜ਼ ਅਤੇ ਨਾਲ ਕੋਈ ਵੱਡਾ ਹੋਵੇ ਤਾਂ ਹੀ ਸਿੱਖਣ ਜਾਇਓ ਮਤਲਬ ਨੌਲੇਜ ਲੈਣੀ ਜ਼ਰੂਰੀ ਆ ਸੜਕ 'ਤੇ ਚਲਾਉਣੀ ਨਹੀਂ ਜ਼ਰੂਰੀ ਅਤੇ ਚਲੋ ਹੁਣ ਆਪਾਂ ਅੱਗੇ ਵਲੋਗ ਨੂੰ ਸਟਾਰਟ ਕਰਦੇ ਹਾਂ ਬਾਈ ਤੁਸੀਂ ਸਾਰਿਆਂ ਨੇ ਉਹ ਲੁਟੇਰੇ ਵਾਲਾ ਪ੍ਰੈਂਕ ਤਾਂ ਦੇਖਿਆ ਹੀ ਹੋਣਾ ਵਾ ਜਦੋਂ ਮੈਂ ਲੁਟੇਰੇ ਵਾਲਾ ਪ੍ਰੈਂਕ ਕੀਤਾ ਸੀਗਾ ਉਦੋਂ ਬਾਅਦ ਮੈਂ ਵਲੋਗ ਬਣਾਇਆ ਸੀਗਾ ਉਹ ਵਲੋਗ ਹੀ ਇੰਨਾ ਵੱਡਾ ਹੋਇਆ ਸੀਗਾ ਤਾਂ ਮੈਂ ਉਹ ਕਲਿੱਪਾਂ ਵਿੱਚ ਲਾਈਆਂ ਨਹੀਂ ਸੋ ਤੁਸੀਂ ਇਸ ਵਲੋਗ ਦੇ ਵਿੱਚ ਉਹਨੂੰ ਦੇਖ ਸਕਦੇ ਹੋ ਚਲੋ ਹੁਣ ਮੈਂ ਉਹ ਵਲੋਗ ਨੂੰ ਸ਼ੁਰੂ ਕਰਦਾ ਬਾਈ ਉਦੋਂ ਵਲੋਗ ਨਹੀਂ ਬਣਾਇਆ ਕਿਉਂਕਿ ਹਰਸ਼ ਦੇ ਵਿਚਾਰੇ ਦੇ ਨਾਲ ਯਾਰ ਉਹ ਲੜ ਗਿਆ ਕੀ ਸੀ ਭਰਿੰਡ ਜਿਹਾ ਸੀਗਾ ਹਰਸ਼ ਉਹ ਭਰਾ ਭਰਿੰਡ ਨਹੀਂ ਸੀ ਉਹ ਭਰਿੰਡ ਦਾ ਭੈਣ ਜੋ ਫੁੱਫੜ ਸੀ ਉਹ ਕਾਲੇ ਰੰਗ ਦਾ ਉਹ ਬਾਈ ਇਹ ਗੰਨੇ ਦੇ ਘਾੜਿਆਂ ਕੋਲੇ ਨਹੀਂ ਹੁੰਦੇ ਕਾਲੇ ਕਾਲੇ ਜੇ ਮੈਂ ਬਈ ਐ ਜਾਂਦਾ ਸੀ ਜਾਮੇ ਤੇ ਪਹਿਲਾਂ ਤਾਂ ਮੈਂ ਛੱਡ ਕੇ ਨੱਚਣ ਲੱਗ ਗਿਆ ਮਾੜਾ ਜਿਹਾ ਇੱਕ ਸੈਕਿੰਡ ਐਂ ਜੇ ਕੀਤਾ ਮੈਂ ਫਿਰ ਤੂੰ ਹੋਰ ਕਿਆ ਰਹਿ ਸਕਦੀ ਇੱਥੋਂ ਫੈਰ ਅਗੂ ਐਂ ਵੱਜਿਆ ਪੂਰੀ ਫੀਲਿੰਗ ਲਈ ਐਂ ਵੱਜਿਆ ਮੈਂ ਜੀ ਬਾਈ ਫਿਰ ਮੰਤਰ ਜੇ ਪੜੇ ਨਹੀਂ ਐ ਨਹੀਂ ਤੂੰ ਵੱਜਿਆ ਫੈਰ ਮੈਂ ਕਿਹਾ ਮੇਰੇ ਇੱਕ ਵਾਰੀ ਮਨ ਚ ਆਇਆ ਮੈਂ ਕਿਹਾ ਅੱਛਾ ਇੱਦਾਂ ਨਾ ਜੋ ਗੋਲੀ ਬਾਜਦੀ ਆ ਬੰਦੇ ਫਿਲਮਾਂ ਵਿੱਚ ਐਂ ਕਰਦੇ ਹੁੰਦੇ ਮੈਂ ਕਿਹਾ ਸੇਮ ਮੇਰਾ ਵੀ ਇੱਦਾਂ ਹੋਇਆ ਮੈਂ ਕਿਹਾ ਪ੍ਰਿੰਦ ਕਿਹੜਾ ਦਰਦ ਜਦੋਂ ਮੈਂ ਐਂ ਕਿਹਾ ਇਹਦੇ ਕਿਹੜਾ ਦਰਦ ਮਨ ਚ ਸੋਚਿਆ ਵਾ ਹਰ ਦੂਏ ਸੈਕਿੰਡ ਬਾਅਦ ਉੱਥੋਂ ਭਰਾਵਾ ਦਰਦ ਹੋਈ ਮੈਂ ਐਂ ਫੜ ਕੇ ਬਹਿ ਗਿਆ ਇੰਨੀ ਦਰਦ ਹੋਈ ਅਸੀਂ ਉਹੀ ਨਾ ਆਪਦੇ ਵੱਲੋਂ ਇੱਕ ਬਣਾ ਕੇ ਜੇ ਕੋਈ ਉਹੀ ਮੰਤਰ ਜਾਂ ਬੋਲਤਾ ਮੰਤਰ ਦਾ ਕੋਈ ਉਹ ਕੰਮ ਵੀ ਕਰ ਗਿਆ ਮੈਂ ਤਾਂ ਹੱਦਾ ਕਹੋ ਨਹੀਂ ਮੈਂ ਮਗਾਪ ਮਰੀ ਜਾਂਦਾ ਉਹ ਕਹਿੰਦਾ ਟੱਟੂ ਕੰਮ ਕਰ ਗਿਆ ਇਹ ਮੈਨੂੰ ਕਹਿੰਦੇ ਵੀ ਤੂੰ ਪੈਟਰੋਲ ਲਾ ਲਾ ਤੇ ਮੈਂ ਉਦੋਂ ਬਾਈ ਜਾਮੇ ਤੇ ਦਰਦ ਹੋਈ ਜਾਂਦੀ ਮੈਂ ਥੱਲੇ ਜਾਮੇ ਦੇ ਬਹਿ ਕੇ ਪੈਟਰੋਲ ਕੱਢਣ ਲੱਗ ਗਿਆ ਜਦੋਂ ਪੈਟਰੋਲ ਕੱਢਿਆ ਤਾਰ ਆ ਕੱਢੀ ਉਹ ਤਾਰ ਪੈਟਰੋਲ ਅੱਖ 'ਚ ਪੈ ਗਿਆ ਉਦੋਂ ਹਮੇ ਆਜ ਤੇ ਅੱਗ ਬੜੀ ਫਿਰਦਾ ਉਧਰੋਂ ਫਿਰ ਪਾਣੀ ਨਾਲ ਦੀ ਅੱਖਾਂ ਦਵਾਈਆਂ ਮੇਲਾ ਅੱਖਾਂ ਦਵਾਈਆਂ ਭਰਾਵਾ ਉਹ ਫੇਰ ਜਾ ਕੇ ਉਹਦੇ ਬਾਅਦ ਮਾੜਾ ਪੈਟਰੋਲ ਦੇ ਹੱਥ ਤੇ ਮਾੜਾ ਮੋਟਾ ਲੱਗਿਆ ਰਹਿ ਗਿਆ ਮੈਂ ਕਰਕੇ ਲਾਇਆ ਉਧਰੋਂ ਕਹਿੰਦੇ ਬਾਈ ਸਾਨੂੰ ਮੰਤਰ ਆਉਂਦਾ ਸੀਗਾ ਯਾਰ ਪੜ ਇਹਦੇ ਬੰਦੇ ਕਿਹੜਾ ਮੰਤਰ ਪੜਿਆ ਤੇ ਉਹ ਹਜੇ ਤੱਕ ਦੁਖੀ ਜਾਂਦਾ ਸਾਲਾ ਤੇ ਬਾਕੀ ਬਾਈ ਪ੍ਰੈਂਕ ਪ੍ਰੈਂਕ ਹੈ ਸੀ ਨਾ ਭਾਜੀ ਲੇ ਜਦੋਂ ਕਿਹਾ ਪੁਲਿਸ ਵਾਲਿਆਂ ਦੀ ਗੱਲ ਮੋਟਰਸਾਈਕਲ ਛੱਡ ਕੇ ਭੱਜ ਚੱਲੇ ਸੀਗੇ ਚਲੋ ਬਾਈ ਯਾਰ ਰਸ ਪੀਣ ਦਾ ਦਿਲ ਕਰਦਾ ਯਾਰ ਗੰਨੇ ਦਾ ਓਏ ਮੇਰੀ ਖੁਆਇਸ਼ ਪੂਰੀ ਕਰਨ ਲਈ ਹੁਣ ਪੀਨੇ ਆ
ਸਸਤੀ ਜੀ ਚੀਜ਼ ਆ ਪਰ ਇੰਨਾ ਕੁ ਸਵਾਦ ਆਊਗਾ ਨਾ ਇਹਨੂੰ ਪੀਣ ਚ। ਇਹਦੇ ਅੱਗੇ ਤਾਂ ਲੱਖਾਂ ਲੱਖਾਂ ਦੀਆਂ ਡਰਿੰਕਾਂ ਵੀ ਫੇਲ ਨੇ। ਮੈਨੂੰ ਅੱਜ ਪਤਾ ਲੱਗਿਆ ਇਹਨਾਂ ਨੇ ਪਿਆਤਾ ਬਾਈ, ਨਹੀਂ ਤਾਂ ਮੈਂ ਕਿੱਥੇ ਪੀਣਾ ਸੀ ਗਰੀਬ ਨੇ। ਜ਼ਿਆਦਾ ਓਵਰ ਤਾਂ ਨਹੀਂ ਕਰ ਰਿਹਾ ਬਾਈ ਮੈਂ। ਹੋਊਗਾ ਬਾਈ ਉਹ ਹੈਗਾ ਤਾਂ ਸੀਗਾ, ਮੈਂ ਉਸ ਨੂੰ ਕਰਕੇ ਗਿਆ ਇਹਨਾਂ ਨੂੰ ਬਾਈ, ਕੀਤੇ ਤਾਂ ਸੀਗੇ ਉਦਣ ਮੈਂ ਘੰਟੇ ਦੇ ਯਾਰ ਚਲਾ ਜਾ ਫਿਰ ਰਫਤਾਰ ਆ ਜਾ ਯਾਰ, ਜਾ ਠੰਡੀ ਹੋ ਗਈ ਬਾਪੂ ਜੀ। ਚੱਲ ਰਫਤਾਰ ਆ ਯਾਰ, ਚਾਹ ਪੀਏ, ਚਾਹ ਠੰਡੀ ਹੋ ਗਈ। ਬੜੇ ਟਾਈਮ ਬਾਅਦ ਬਾਈ ਸਾਈਕਲ ਦੇ ਗੇੜੇ ਕੱਢ ਰਹੇ ਆ। ਰਫਤਾਰ ਨੇ ਪਾਈਆਂ ਹੋਈਆਂ ਬਿਪਤਾ, ਉਹਨੇ ਨਾ ਕੋਈ ਵੀਡੀਓ ਬਣਾਉਣੀ ਆ ਤੇ ਉਹਦੇ ਵਿੱਚ ਖੂਨ ਚਾਹੀਦਾ। ਉਹਦੇ ਲਈ ਹੁਣ ਰੰਗ ਲੱਭਣ ਚੱਲੇ ਆ ਜੀ, ਰੰਗ ਰੇਂਜ ਰੋਵਰ ਦੇ ਆਇਆ ਪਿੰਕ ਰੰਗ, ਪਿੰਕ ਰੇਂਜ ਰੋਵਰ ਦੇ ਬਾਈ ਤੋਂ ਮਸਾ ਮੰਗ ਕੇ ਲਿਆਇਆ ਉਹ ਦੁਕਾਨ ਵਾਲੇ ਦਾ ਸੀਗਾ ਜੀ ਬਾਈ। 2 ਮਿੰਟ ਚਾਹੀ ਗਈ ਹੋਣੀ, ਕਿੱਥੇ ਚੱਲ ਗਏ? ਹਾਂ ਹੋਰੀ ਹੋਰੀ, ਹਾਂ ਹੋਰੀ ਆਪ ਉਹ ਵੀ ਚੱਲਦੇ ਆ। ਹਾਂ ਚਲੋ ਉਹ ਵੀ ਚੱਲਦੇ ਆ। ਨਹੀਂ ਖੋਰ ਆ ਬੀਬੀ ਏ, ਅਸੀਂ ਆਪ ਚੋਰ ਆ, ਸਾਡੇ ਤੋਂ ਵੱਡਾ ਚੋਰ ਕੋਣ? ਇਹਦਾ ਹੀ ਹੋਣਾ ਸਾਈਕਲ ਹਨਾ, ਮੈਨੂੰ ਆਪ ਲੱਗਦਾ ਤਾਂ ਹੀ ਬੀਬੀ ਕਹਿੰਦੀ ਆ। ਹਾਂ ਚਲੋ ਬਈ, ਰੰਗ ਆਪਾਂ ਨੂੰ ਮਿਲ ਗਿਆ ਹੋਇਆ, ਗਲਾਸ ਵੀ ਮਿਲ ਗਿਆ, ਚਲੋ ਚੱਲਦੇ ਆ ਹੁਣ। ਮੈਂ ਤੁਰ ਕੇ ਆਉਣਾ ਬਈ ਯਾਰ, ਮੈਂ ਯਾਰ ਪਤਾ ਕਿੰਨੇ ਟਾਈਮ ਬਾਅਦ ਜਿਹੜਾ ਬੰਦਾ ਚਲਾਉਂਦਾ ਨਾ ਉਹਨੂੰ ਔਖਾ ਹੀ ਲੱਗਦਾ ਸਾਈਕਲ। ਚਲ ਕੋਈ ਨਾ, ਸਾਹ ਪੱਕਣ ਗਏ ਹੈ, ਆਣਾ ਵੀ ਚਾਹੀਦਾ। ਗੱਡੀਆਂ ਦੋ ਸਰੀਰ ਸਹੀ ਰਹਿੰਦਾ, ਗੱਡੀਆਂ ਵਾਲੇ ਨੂੰ ਸਾਈਕਲ ਰਹਿ ਹਾਂ ਫਿਰ। ਹਾਂ ਰੋਜ਼ ਚਲਾਉਣ ਨਾਲ ਹੁੰਦਾ ਉਹ, ਪਰ ਇਉਂ ਆ ਕਿ ਹੁਣ ਸਾਲਾ ਸਵਾਦ ਜਾਂ ਹੁੰਦਾ ਜੇ ਦਿਨ ਦੇ ਵਿੱਚ ਸਵੇਰੇ ਸ਼ਾਮ ਸਾਈਕਲ ਚਲਾ ਲਿਆ ਬੰਦਾ ਫਿੱਟ ਰਹਿੰਦਾ। ਚਲਾਇਆ ਚਲੀਏ ਕਦੇ ਕਦੇ ਨਾਲ ਨਹੀਂ ਗੱਲ, ਜਿਵੇਂ ਹੁਣ ਸਾਹ ਚੜ੍ਹਦਾ ਉਹ ਸਾਹ ਚੜ੍ਹਨ ਹੋਰ ਦੀ ਪੱਕ ਜਾਂਦਾ ਸਾਹ। ਕਿਤੇ ਆਪਾਂ ਜਾਣਾ ਭੈਣ ਝਾਂਸੀ ਚੌਂਕ ਜਾਣਾ, ਕਿਤੇ ਇੱਥੇ ਮੁੜ ਗੱਡੀਆਂ ਦੇ ਜਾਂਦੇ ਹਾਂ, ਸਾਈਕਲ ਚਲਾਉਣਾ ਵਧੀਆ ਚੀਜ਼ ਆ, ਗੰਦਾ ਸਾਹ ਪਸੀਨਾ ਸਾਰਾ ਨਿਕਲ ਜਾਂਦਾ। ਚਲੋ ਬਾਈ ਚੱਲਦੇ ਹਾਂ ਹੁਣ ਉੱਥੇ, ਫਿਰ ਵੀਡੀਓ ਬਣਾਉਂਦੇ ਹਾਂ। ਇੰਨਾ ਕੁ ਹੱਸਿਆ ਨਾ ਰਫਤਾਰ ਬਾਈ, ਉਲਟਾ ਨਾਮ ਮੇਰੇ ਦਾ ਹੀ ਲਈ ਜਾਵੇ। ਹੋਰ 5 ਘੰਟੇ ਦੰਦ ਕੱਢਦਾ ਰਿਹਾ ਝੂਠ ਨੂੰ ਨਿੱਕਾ ਜਿਹਾ, ਕਦੇ ਕਦੇ ਪਤਾ ਨਹੀਂ ਕੀ ਹੋ ਜਾਂਦਾ ਪਹਿਲਾਂ ਤਾਂ ਐਕਟਿੰਗ ਮੇਰੇ ਨਾਲ। ਯਾਰ 5 ਦਿਨ ਹੋ ਗਏ ਜਿੱਥੇ ਵਗਰਾ ਨਹੀਂ ਅੜ ਗਿਓ ਤੇ ਹੱਸੀ ਜਾਣਾ, ਹੱਸੀ ਜਾਣਾ ਬਸ ਓਏ। ਰੰਗ ਵੀ ਮਿਲ ਗਿਆ, ਗਲਾਸ ਵੀ ਮਿਲ ਗਿਆ, ਕੰਪਿਊਟਰ ਦੀ ਭਰਾਵਾ ਯਾਰ ਬਾਈ ਸੀਨ ਕੱਟਿਆ ਮੈਂ ਥੋੜਾ ਜਿਹਾ, ਉਹ ਕੁਝ ਗਲਤ ਬੋਲ ਗਿਆ ਸੀਗਾ। ਚਲੋ ਪਾਣੀ ਵੀ ਹੈਗਾ, ਪਾਣੀ ਵੀ ਹੈਗਾ, ਲਿਓ ਚੁੱਪ, ਪਾਣੀ ਹੈਗਾ, ਬੜੀ ਚੁੱਪ ਯਾਰ, ਗਲਤ ਨਹੀਂ ਬੋਲਣਾ ਯਾਰ, ਆ ਬਾਈ ਕਿਨੇ ਕਿਨੇ ਦੇਖਿਆ
ਪਤੀਲੇ ਚ ਕੱਲ ਹੀ ਦੇਖ ਕੇ ਅੜੇ ਆ ਪੂਰੇ ਤਾਂ ਆ ਜਾ ਪੁੱਟਰਾ ਆ ਗਿਆ ਲੈ ਬੋਲ ਆ ਕੋਲ ਖੜ ਲੈ ਖੜ ਗਿਆ ਆ ਇਹਨਾਂ ਇਹਨੂੰ ਫੜ ਇਹਨੂੰ ਆ ਬੱਕਰੀ ਆ ਤੇ ਇਹਦਾ ਤੇਰੀ ਉਮ ਡਰ ਗਿਆ ਓਏ ਖੁਦਾ ਵੀ ਆਈ ਵਿੱਚੋਂ ਆ ਦੇਖ ਲੋ ਬਾਈ ਇੱਥੋਂ ਦੀ ਉੱਥੇ ਜਾਣ ਨੂੰ ਕਹਿੰਦਾ ਪਿਆ ਬਾਈ ਸਾਨੂੰ ਇਹ ਬੰਦਾ ਜਾ ਕੇ ਦਿਖਾ ਬਾਈ ਇਹ ਡੁੱਬ ਨਹੀਂ ਸਕਦੇ ਠੀਕ ਆ ਨਾ ਇਹ ਵੀਡੀਓ ਕਰਕੇ ਬਾਈ ਇੱਥੋਂ ਦੀ ਉੱਥੇ ਜਾਣਾ ਅਸੀਂ ਨਹੀਂ ਮੈਂ ਸਿਰਫ ਉਹਨੂੰ ਕਹਿ ਰਿਹਾ ਤੁਸੀਂ ਜਾ ਕੇ ਮੇਰੀ ਗੱਲ ਤਾਂ ਸੁਣ ਚੱਲ ਆ ਜਾ ਓਏ ਆ ਜਾਓ ਯਾਰ ਅਮਨ ਆਓ ਪਹਿਲੇ ਜਾ ਕੇ ਤਾਂ ਦਿਖਾ ਮੈਂ ਪੁਲ ਤੇ ਜਾਣ ਦੀ ਗੱਲ ਕਰਦਾ ਭਰਾਵਾ ਪੁਲ ਤੇ ਖੜ ਕੇ ਕਰ ਲਈਏ ਹੁਣ ਖੂਹ ਦੀ ਗੱਲ ਕਰ ਰਹੇ ਖੂਹ ਤੇ ਜਾਣਾ ਕਿਹੜਾ ਖੂਹ ਆਹਾ ਆ ਖੂਹ ਹੀ ਆ ਮੈਂ ਬੁੱਟਰਾ ਤੁਹਾਨੂੰ ਉੱਥੇ ਜਾਣ ਦੋ ਕਮਲੇ ਹੋ ਤੁਸੀਂ ਮੈਂ ਕਮਲੇ ਹੋ ਤੁਸੀਂ ਖੜਾ ਤਾਂ ਇੱਥੇ ਸੀ ਤੂੰ ਦੇਖ ਲੋ ਕਮਲੇ ਹੋ ਯਾਰ ਪਾਗਲ ਹੋ ਤੁਸੀਂ ਹੁਣ ਮੁੱਕਰ ਗਿਆ ਲੈ ਦੱਸ ਦੀ ਪੂਰੀ ਇਨਵੈਸਟੀਗੇਸ਼ਨ ਵਾਲੀ ਹਰਸ਼ ਆ ਕੀ ਹੋ ਗਿਆ ਕੀ ਹੋ ਗਿਆ ਸ਼ਰਟ ਲਬੜੀ ਫਿਰਦਾ ਚਿੱਤਰ ਖਾਂਦਾ ਲੱਗ ਗਿਆ ਤਕੜੀ ਸਿਆ ਉਹ ਰਸਤਾ ਇਹ ਕਰਦਾ ਸੀ ਚੌੜ ਅੱਛਾ ਮੈਨੂੰ ਕਹਿੰਦਾ ਫੋਲੋਵਰ ਮੇਰੇ ਤੇ ਤੋਂ ਜ਼ਿਆਦਾ ਨੇ ਅੱਛਾ ਮੈਂ ਵੀ ਫੋਲੋਵਰਾਂ ਤੋਂ ਬਸ ਮੈਂ ਕੀ ਲੈਣਾ ਦੇਣਾ ਵਾ ਹਾਂ ਇੰਨੀ ਗੱਲ ਤੇ ਬਈ ਮੈਨੂੰ ਚੜ ਗਿਆ ਕ੍ਰੋਧ ਓਹੋ ਕਿਉਂਕਿ ਮੈਂ ਕ੍ਰੋਧੀ ਤੋਂ ਰਾਤਰੀ ਵਾਲੇ ਦਿਨ ਪੈਦਾ ਹਾਂ ਮੈਨੂੰ ਚੜ ਗਿਆ ਕ੍ਰੋਧ ਮੈਂ ਬਈ ਮੇਰੇ ਪਾਸ ਦੇ 18 ਤੋਂ ਬੈਠ ਹੋ ਕੇ ਮੂਲੇ ਚੱਕਰ ਬੜੇ ਲੜੇ ਬਾਈ ਇੱਥੇ ਵੀਡੀਓ ਚ ਲੜੇ ਆ ਇੱਥੋਂ ਮੋੜ ਨੂੰ ਫਿਰ ਰਿਹਾ ਇਹ ਓਏ ਮੈਂ ਇਹ YouTube ਲੈ ਲਾ ਮਿੱਟੀ ਤਲਕਦੀ ਆ ਇੱਥੋਂ ਬਾਈ ਬਾਤ ਕਰ ਦਿਓ ਰੀਚਾਰਜ ਕਰ ਦਿਓ ਮਿੱਟੀ ਤਲਕਦੀ ਆ ਕੀ ਹੋ ਗਿਆ ਅਸ਼ ਕਿਹਨੂੰ ਕਹਿਦਾ ਤੂੰ ਬਾਈ ਵਿੱਥੇ ਆਵਾ ਆਉਂਦੀ ਆ ਓਏ ਓਏ ਬਾਈ ਟੇਡੀ ਨਾ ਕਰਾ ਆ ਦੇਖੋ ਬਾਈ ਅੱਗੇ ਨਹਿਰ ਆ ਬਾਈ ਪਿੱਛੇ ਖਾਈ ਅੱਗੇ ਨਹਿਰ ਤੂੰ ਹੀ ਰੱਖਿਆ ਕਰੀ ਉਹ ਦੇਖੋ ਬਾਈ ਪਿੱਛੇ ਖਾਈ ਆ ਹੇ ਪ੍ਰਭੂ ਹੇ ਹਰੀ ਰਾਮ ਲੈ ਖੁੱਬ ਗਈ ਬਾਈ ਬੋਲ ਲੈ ਖੁੱਬ ਗਈ ਖੁੱਬ ਗਈ ਬੋਲ ਲੈ ਲੈ ਲਓ ਪੰਗਾ ਬੁੱਟ ਤਾਂ ਪਹਿਲਾਂ ਹੀ ਨਿਕਲ ਗਿਆ ਉਹਦੇ ਸਾਰੇ ਅੰਦਰ ਬੈਠੇ ਆ ਆਪਾਂ ਵੀ ਨਿਕਲੀਏ ਬਾਈ ਠੰਡੇ ਠੰਡੇ ਹਰਸ਼ ਆ ਜਾ ਓਏ ਉਹ ਦੇਖੋ ਸਹੀ ਗੱਲ ਉਹ ਦੇਖੋ ਉਹ ਦੇਖੋ ਮਿੱਟੀ ਪੋਲੀ ਆ ਬਾਈ ਉਹ ਤਿਲਕਦੀ ਆ ਇੱਥੋਂ ਉਹ ਚੱਕ ਉਹ ਦੇਖੋ ਖਾਈ ਦੇਖੋ ਬਾਈ ਇੱਧਰ ਇੱਧਰ ਨਹਿਰ ਆ ਬਾਈ ਤੁਹਾਡੇ ਭਰਾ ਨੂੰ ਤੇ ਬਾਕੀ ਲਾਈਕ ਕਰ ਦੋ ਵੀਡੀਓ ਨੂੰ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਤੇ ਆਪਾਂ ਮਿਲਦੇ ਅਗਲੇ ਘੈਂਟ ਜੁੜੇ ਦੇ ਨਾਲ ਥੈਂਕ ਯੂ ਸੋ ਮਚ।